ਅਸੀਂ ਕਰਤਾਰ ਸਿੰਘ ਸਰਾਭਾ ਅਨਾਉਂਸ ਵੀ ਕੀਤੀ ਸੀਗੀ ਫਿਲਮ ਬਟ ਉਹ ਕਿਤੇ ਨਾ ਕਿਤੇ ਫਿਰ ਬਜਟ 'ਤੇ ਆ ਕੇ ਗੱਲ ਹੋ ਗਈ ਕਿ ਯਾਰ ਜੇ ਕਰਤਾਰ ਸਿੰਘ ਸਰਾਭੇ ਨੂੰ ਤੁਸੀਂ ਦਿਖਾਉਣਾ ਤਾਂ ਬਜਟ ਵੱਡਾ ਚਾਹੀਦਾ ਯਾਰ ਥੋੜ੍ਹੀ ਪੀਰੀਅਡ ਡਰਾਮਾ ਕਹਿਣਾ ਤੁਸੀਂ ਹੈ ਨਾ ਉਹ ਚੀਜ਼ਾਂ ਉੱਦਾਂ ਦਾ ਜੇ ਹੁਣ ਤੁਸੀਂ ਦੇਖੋ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਇੱਕ ਲੁੱਟ ਸੀਗੀ ਜਿਹੜੀ ਟ੍ਰੇਨ ਲੁੱਟੀ ਸੀਗੀ ਉਹ ਸੀਨ ਨੂੰ ਤੁਸੀਂ ਡੁਪਲੀਕੇਟ ਤਰੀਕੇ ਨਾਲ ਨਹੀਂ ਦਿਖਾ ਸਕਦੇ ਉਹ ਰਿਐਲਿਟੀ 'ਚ ਤੁਹਾਨੂੰ ਸ਼ੂਟ ਕਰਨਾ ਪਊਗਾ ਉਹਦੇ ਲਈ ਬਜਟ ਕਿੰਨਾ ਚਾਹੀਦਾ ਹੈ ਨਾ ਸੋ ਫਿਲਮ ਕਿਤੇ ਨਾ ਕਿਤੇ ਬਜਟ ਕਰਕੇ ਉਹ ਫਿਲਮ ਬੰਦ ਹੋ ਗਈ ਕਿ ਨਹੀਂ ਯਾਰ ਇਹਦਾ ਬਜਟ ਜਦੋਂ ਅਸੀਂ ਬੈਠ ਕੇ ਸੋਚਿਆ ਕਿ ਯਾਰ ਇਹਦਾ ਬਜਟ ਬਹੁਤ ਵੱਡਾ ਜਾਊਗਾ ਸਾਡੇ ਕੋਲ ਬਜਟ ਹੁਣ ਵੱਡੇ ਅਸੀਂ ਕਿਉਂ ਨਹੀਂ ਕਰਨੇ ਚਾਹਾਂਗੇ ਯਾਰ ਮੈਂ ਭਗਤ ਸਿੰਘ 'ਤੇ ਫਿਲਮ ਬਣਾਉਣੀ ਚਾਹੁੰਦਾ ਮੈਂ ਜ਼ਰੂਰੀ ਨਹੀਂ ਕਿ ਭਗਤ ਸਿੰਘ ਦਿਖਾਇਆ ਜਾਵੇ ਤਾਂ ਭਗਤ ਸਿੰਘ ਦੀ ਆਈਡੀਓਲੋਜੀ 'ਤੇ ਫਿਲਮ ਬਣਾ ਸਕਦੇ ਹਾਂ ਅਸੀਂ ਹੈ ਨਾ ਉਹਦੀ ਸੋਚ 'ਤੇ ਫਿਲਮ ਬਣਾ ਸਕਦੇ ਹਾਂ ਤਾਂ ਕਿਉਂ ਨਹੀਂ ਕਰਨਾ ਚਾਹੁੰਦਾ ਮੇਰੀ ਤਾਂ ਦਿਲ ਦੀ ਇੱਛਾ ਕਿ ਇੱਦਾਂ ਦਾ ਸਿਨੇਮਾ ਕਰਾਂ ਮੈਨੂੰ ਖੁਦ ਨੂੰ ਵਧੀਆ ਲੱਗਦਾ ਤੁਸੀਂ ਬਜਟ ਦੀ ਵੀ ਗੱਲ ਕੀਤੀ ਨਾ ਕੋਈ ਸਿਨੇਮਾ ਦੀ ਗੱਲ ਕੀਤੀ ਜਦੋਂ ਗੱਲ ਆ ਜਾਂਦੀ ਕੁਝ ਚੰਗੀਆਂ ਫਿਲਮਾਂ ਜਾਂ ਚੰਗੇ ਸਬਜੈਕਟ 'ਤੇ ਫਿਲਮ ਬਣਦੀ ਕਿ ਸੁਪਰ ਜੇ ਸਬਜੈਕਟ ਦੀ ਗੱਲ ਕਰਾਂ ਤਾਂ ਫਿਲਮਾਂ ਬਣਦੀਆਂ ਤਾਂ ਮੈਨੂੰ ਲੱਗਦਾ ਆਡੀਅੰਸ ਵੀ ਕਿਤੇ ਨਾ ਕਿਤੇ ਘੱਟ ਅਪਰੋਚ ਕਰਦੀ ਹੈ ਦੇਖੋ ਇਹ ਮੇਕਰ ਦੇ ਉੱਤੇ ਹੁੰਦਾ ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂਗੇ ਭਗਤ ਸਿੰਘ ਦੀ ਸਾਰੀ ਕਹਾਣੀ ਦੁਬਾਰਾ ਰਾਜਗੁਰੂ ਸਕਦੇ ਭਗਤ ਸਿੰਘ ਦੀ ਸਾਰੀ ਕਹਾਣੀ ਰੰਗ ਦੇ ਬਸੰਤੀ 'ਚ ਦੁਬਾਰਾ ਦਿਖਾਤੀ ਬੰਦੇ ਨੇ ਸੀ ਨਾ ਉਹ ਸਕਰੀਨ ਪਲੇ ਦਾ ਕਮਾਲ ਸੀ ਨਾ ਉਹ ਅੱਜ ਦੇ ਟਾਈਮ ਦੀ ਫਿਲਮ ਚੱਲਦੀ ਹੈ ਬਟ ਉਹ ਕਿਰਦਾਰਾਂ ਨੂੰ ਰਿਲੇਟ ਕਿਤੇ ਕੀਤਾ ਜਾਂਦਾ ਭਗਤ ਸਿੰਘ ਦੇ ਨਾਲ ਰਾਜਗੁਰੂ ਸੁਖਦੇਵ ਦੇ ਨਾਲ ਹਰ ਇੱਕ ਕਿਰਦਾਰ 'ਚੋਂ ਉਹਨਾਂ ਨੂੰ ਕਿਰਦਾਰ ਦਿਖਣਾ ਸ਼ੁਰੂ ਹੋ ਜਾਂਦਾ ਗੱਲ ਤਾਂ ਹੈਗੀ ਸਾਡੇ ਮੇਕਰਸ ਦੀ ਸਾਡੇ ਰਾਈਟਰਸ ਦੀ ਉਹ ਕਿੱਦਾਂ ਦਾ ਸਿਨੇਮਾ ਲਿਖਦੇ ਨੇ ਜੇ ਅਸੀਂ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦਿਖਾਵਾਂਗੇ ਤਾਂ ਕਿਉਂ ਨਹੀਂ ਦੇਖਣ ਆਉਣਗੇ ਉਹ ਜੇ ਉਹਨਾਂ ਨੂੰ ਲੱਗੂ ਸਾਡੀ ਅੱਜ ਦੀ ਗੱਲ ਹੋ ਰਹੀ ਹੈ ਬਟ ਇੱਕ ਵਾਰ ਤੁਸੀਂ ਲੋਕਾਂ ਨੂੰ ਅੰਦਰ ਵਾੜ ਲਿਆ ਥੋੜ੍ਹੀ ਫਿਰ ਸਟੋਰੀ 'ਚ ਦਮ ਹੋਣਾ ਚਾਹੀਦਾ ਕਿ ਤੁਸੀਂ ਬੰਨ ਕੇ ਬਿਠਾ ਲਓ ਅਸੀਂ ਕਰਤਾਰ ਸਿੰਘ ਸਰਾਭਾ ਅਨਾਊਂਸ ਵੀ ਕੀਤੀ ਸੀਗੀ ਫਿਲਮ ਬਟ ਉਹ ਕਿਤੇ ਨਾ ਕਿਤੇ ਫਿਰ ਬਜਟ 'ਤੇ ਆ ਕੇ ਗੱਲ ਹੋ ਗਈ ਕਿ ਯਾਰ ਜੇ ਕਰਤਾਰ ਸਿੰਘ ਸਰਾਭੇ ਨੂੰ ਤੁਸੀਂ ਦਿਖਾਉਣਾ ਤਾਂ ਬਜਟ ਵੱਡਾ ਚਾਹੀਦਾ ਯਾਰ ਥੋੜ੍ਹੀ ਪੀਰੀਅਡ ਡਰਾਮਾ ਕਹਿਣਾ ਤੁਸੀਂ ਹੈ ਨਾ ਉਹ ਚੀਜ਼ਾਂ ਉੱਦਾਂ ਦਾ ਜੇ ਹੁਣ ਤੁਸੀਂ ਦੇਖੋ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਇੱਕ ਲੁੱਟ ਸੀਗੀ ਜਿਹੜੀ ਟ੍ਰੇਨ ਲੁੱਟੀ ਸੀਗੀ ਉਹ ਸੀਨ ਨੂੰ ਤੁਸੀਂ ਡੁਪਲੀਕੇਟ ਤਰੀਕੇ ਨਾਲ ਨਹੀਂ ਦਿਖਾ ਸਕਦੇ ਉਹ ਰਿਐਲਿਟੀ 'ਚ ਤੁਹਾਨੂੰ ਸ਼ੂਟ ਕਰਨਾ ਪਊਗਾ ਉਹਦੇ ਲਈ ਬਜਟ ਕਿੰਨਾ ਚਾਹੀਦਾ ਹੈ ਨਾ ਸੋ ਫਿਲਮ ਕਿਤੇ ਨਾ ਕਿਤੇ ਬਜਟ ਕਰਕੇ ਉਹ ਫਿਲਮ ਬੰਦ ਹੋ ਗਈ ਕਿ ਨਹੀਂ ਯਾਰ ਇਹਦਾ ਬਜਟ ਜਦੋਂ ਅਸੀਂ ਬੈਠ ਕੇ ਸੋਚਿਆ ਕਿ ਯਾਰ ਇਹਦਾ ਬਜਟ ਬਹੁਤ ਵੱਡਾ ਜਾਊਗਾ ਸਾਡੇ ਕੋਲ ਬਜਟ ਹੁਣ ਵੱਡੇ ਅਸੀਂ ਕਿਉਂ ਨਹੀਂ ਕਰਨੇ ਚਾਹਾਂਗੇ ਯਾਰ ਮੈਂ ਭਗਤ ਸਿੰਘ 'ਤੇ ਫਿਲਮ ਬਣਾਉਣੀ ਚਾਹੁੰਦਾ ਮੈਂ ਜ਼ਰੂਰੀ ਨਹੀਂ ਕਿ ਭਗਤ ਸਿੰਘ ਦਿਖਾਇਆ ਜਾਵੇ ਤਾਂ ਭਗਤ ਸਿੰਘ ਦੀ ਆਈਡੀਓਲੋਜੀ 'ਤੇ ਫਿਲਮ ਬਣਾ ਸਕਦੇ ਹਾਂ ਅਸੀਂ ਹੈ ਨਾ ਉਹਦੀ ਸੋਚ 'ਤੇ ਫਿਲਮ ਬਣਾ ਸਕਦੇ ਹਾਂ ਤਾਂ ਕਿਉਂ ਨਹੀਂ ਕਰਨਾ ਚਾਹੁੰਦਾ ਮੇਰੀ ਤਾਂ ਦਿਲ ਦੀ ਇੱਛਾ ਕਿ ਇੱਦਾਂ ਦਾ ਸਿਨੇਮਾ ਕਰਾਂ ਮੈਨੂੰ ਖੁਦ ਨੂੰ ਵਧੀਆ ਲੱਗਦਾ ਤੁਸੀਂ ਬਜਟ ਦੀ ਵੀ ਗੱਲ ਕੀਤੀ ਨਾ ਕੋਈ ਸਿਨੇਮਾ ਦੀ ਗੱਲ ਕੀਤੀ ਜਦੋਂ ਗੱਲ ਆ ਕੁਝ ਚੰਗੀਆਂ ਫਿਲਮਾਂ ਜਾਂ ਚੰਗੇ ਸਬਜੈਕਟ 'ਤੇ ਫਿਲਮ ਬਣਦੀ ਕਿ ਸੁਪਰ ਜੇ ਸਬਜੈਕਟ ਦੀ ਗੱਲ ਕਰਾਂ ਤਾਂ ਫਿਲਮਾਂ ਬਣਦੀਆਂ ਤਾਂ ਮੈਨੂੰ ਲੱਗਦਾ ਆਡੀਅੰਸ ਵੀ ਕਿਤੇ ਨਾ ਕਿਤੇ ਘੱਟ ਅਪਰੋਚ ਕਰਦੀ ਹੈ ਦੇਖੋ ਇਹ ਮੇਕਰ ਦੇ ਉੱਤੇ ਹੁੰਦਾ ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂਗੇ ਭਗਤ ਸਿੰਘ ਦੀ ਸਾਰੀ ਕਹਾਣੀ ਦੁਬਾਰਾ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਸਾਰੀ ਕਹਾਣੀ ਰੰਗ ਦੇ ਬਸੰਤੀ 'ਚ ਦੁਬਾਰਾ ਦਿਖਾਤੀ ਬੰਦੇ ਨੇ ਸੀ ਨਾ ਉਹ ਸਕਰੀਨ ਪਲੇ ਦਾ ਕਮਾਲ ਸੀ ਨਾ ਉਹ ਅੱਜ ਦੇ ਟਾਈਮ ਦੀ ਫਿਲਮ ਚੱਲਦੀ ਹੈ ਬਟ ਉਹ ਕਿਰਦਾਰਾਂ ਨੂੰ ਰਿਲੇਟ ਕਿਤੇ ਕੀਤਾ ਜਾਂਦਾ ਭਗਤ ਸਿੰਘ ਦੇ ਨਾਲ ਰਾਜਗੁਰੂ ਸੁਖਦੇਵ ਦੇ ਨਾਲ ਹਰ ਇੱਕ ਕਿਰਦਾਰ 'ਚੋਂ ਉਹਨਾਂ ਨੂੰ ਕਿਰਦਾਰ ਦਿਖਣਾ ਸ਼ੁਰੂ ਹੋ ਜਾਂਦਾ ਗੱਲ ਤਾਂ ਹੈਗੀ ਸਾਡੇ ਮੇਕਰਸ ਦੀ ਸਾਡੇ ਰਾਈਟਰਸ ਦੀ ਉਹ ਕਿੱਦਾਂ ਦਾ ਸਿਨੇਮਾ ਲਿਖਦੇ ਨੇ ਜੇ ਅਸੀਂ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦਿਖਾਵਾਂਗੇ ਤਾਂ ਕਿਉਂ ਨਹੀਂ ਦੇਖਣ ਆਉਣਗੇ ਉਹ ਜੇ ਉਹਨਾਂ ਨੂੰ ਲੱਗੂ ਸਾਡੀ ਅੱਜ ਦੀ ਗੱਲ ਹੋ ਰਹੀ ਹੈ ਬਟ ਇੱਕ ਵਾਰ ਤੁਸੀਂ ਲੋਕਾਂ ਨੂੰ ਅੰਦਰ ਵਾੜ ਲਿਆ ਥੋੜੀ ਫਿਰ ਸਟੋਰੀ 'ਚ ਦਮ ਹੋਣਾ ਚਾਹੀਦਾ ਕਿ ਤੁਸੀਂ ਬੰਨ ਕੇ ਬਿਠਾ ਲਓ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।